ਸਕਰੂ ਡਰਾਈਵਰ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਪੇਚਕਸ ਠੀਕ ਹੈ ਇਹਦੇ ਸਾਈਜ਼ ਕਿੰਨੇ ਕਿੰਨੇ ਹੁੰਦੇ ਨੇ ਦੇਖ ਲਓ 75 mm 100 mm 150 200 250 ਤੇ 300 mm ਠੀਕ ਹੈ ਜੀ 75 ਤੋਂ ਲੈ ਕੇ 300 ਤੱਕ ਇਹਦਾ ਸਾਈਜ਼ ਹੁੰਦਾ ਠੀਕ ਹੈ ਹੁਣ ਇਹਦੇ ਪਾਰਟਸ ਦੇਖ ਲਓ ਕੀ ਕੀ ਨੇ ਪੇਚਕਸ ਦੇ ਪਹਿਲਾ ਹੈਗਾ ਟਿਪ ਇਸ ਨੂੰ ਕੀ ਕਹਿੰਦੇ ਆ ਟਿਪ ਠੀਕ ਹੈ ਜੀ ਸੈਂਟਰ ਦੇ ਵਿੱਚ ਜਿਹੜੀ ਹੈਗੀ ਇਸ ਨੂੰ ਇਨਸੂਲੇਟਡ ਸਟੈਮ ਕਹਿੰਦੇ ਆ ਤੇ ਜਿਹੜਾ ਲਾਸਟ ਦੇ ਵਿੱਚ ਇਸ ਨੂੰ ਹੈਂਡਲ ਕਹਿੰਦੇ ਆ ਠੀਕ ਹੈ ਜੀ ਸਕਰੂ ਡਰਾਈਵਰ ਦੇ ਵਿੱਚ ਦੇਖੋ ਇਹਨੂੰ ਆਪਾਂ ਕਿੱਥੇ ਵਰਤਦੇ ਆ ਬਿਜਲੀ ਦੇ ਕੰਮ ਜਿੱਥੇ ਆਪਾਂ ਯੂਜ਼ ਕਰਦੇ ਜਿੱਥੇ ਵੀ ਆਪਾਂ ਬਿਜਲੀ ਦਾ ਕੰਮ ਕਰਦੇ ਆ ਉੱਥੇ ਆਪਾਂ ਪੇਚਕਸ ਦੀ ਆਮ ਵਰਤੋਂ ਕਰਦੇ ਆ ਠੀਕ ਹੈ ਜੀ ਇਸ ਲਈ ਕਈ ਕਿਸਮਾਂ ਦਾ ਹੁੰਦਾ ਤੇ ਕਈ ਇਹਨਾਂ ਦੇ ਸਾਈਜ਼ ਹੁੰਦੇ ਨੇ ਠੀਕ ਹੈ ਤੁਸੀਂ ਪਹਿਲਾਂ ਦੇਖੋ ਹੈਂਡਲ ਠੀਕ ਹੈ ਜੀ ਦੂਸਰਾ ਹੈਗਾ ਸਟੈਮ ਸਟੈਮ ਨੂੰ ਆਪਾਂ ਪੰਜਾਬੀ ਵਿੱਚ ਬਲੇਡ ਵੀ ਕਹਿ ਦਿੰਦੇ ਆ ਤੇ ਟਿਪ ਜਿਸ ਨੂੰ ਕਿ ਮੂੰਹ ਕਹਿ ਦਿੰਦੇ ਆ ਇਹਦੇ ਤਿੰਨੋਂ ਹਿੱਸੇ ਨੇ ਸਕਰੂ ਡਰਾਈਵਰ ਦੇ ਠੀਕ ਹੈ ਜੀ ਜਿਹੜਾ ਇਹਦਾ ਹੈਂਡਲ ਹੁੰਦਾ ਉਹ ਪਲਾਸਟਿਕ ਰੱਕੜ ਜਾਂ ਫਿਰ ਸੈਲੂਲਾਈਡ ਮਟੀਰੀਅਲ ਦਾ ਬਣਿਆ ਹੁੰਦਾ ਹੈ ਤੇ ਇਹਦਾ ਜਿਹੜਾ ਬਲੇਡ ਹੈ ਜਿਹਨੂੰ ਤੁਸੀਂ ਇਨਸੂਲੇਟਡ ਸਟੈਮ ਕਹਿੰਦੇ ਹੋ ਠੀਕ ਹੈ ਜੀ ਇਹ ਸਖਤ ਸਟੀਲ ਦਾ ਜਾਂ ਹਾਰਡ ਸਟੀਲ ਦਾ ਬਣਾਇਆ ਹੁੰਦਾ ਹੈ ਠੀਕ ਹੈ ਜੀ ਇਸ ਨੂੰ ਟੈਂਪਰਿੰਗ ਕੀਤੀ ਜਾਂਦੀ ਹੈ ਜਿਹੜਾ ਪੇਚਕਸ ਦਾ ਸਾਈਜ਼ ਹੈ ਤੁਸੀਂ ਕਿਵੇਂ ਕਰ ਦੇਖੋਗੇ ਜਿਹੜਾ ਪੇਚਕਸ ਦਾ ਸਾਈਜ਼ ਹੈ ਉਹ ਬਲੇਡ ਦੀ ਲੰਬਾਈ ਤੋਂ ਲਿਆ ਜਾਂਦਾ ਹੈ ਜਿਹੜੇ ਪੇਚਕਸ ਦੀ ਬਣਤਰ ਹੈ ਉਹ ਵੱਖ ਵੱਖ ਪੇਚਾਂ ਦੀਆਂ ਧਰੀਆਂ ਜਿਹਨੂੰ ਤੁਸੀਂ ਸਲੋਟਸ ਕਹਿੰਦੇ ਹੋ ਉਸਦੇ ਅਨੁਸਾਰ ਹੁੰਦੇ ਜਿਹੜੇ ਮੂਹਰੇ ਆ ਠੀਕ ਹੈ ਜੀ ਇਹ ਹਰ ਪ੍ਰਕਾਰ ਦੇ ਪੇਚਾਂ ਨੂੰ ਖੋਲਣ ਦੇ ਲਈ ਜਾਂ ਫਿਰ ਕੱਸਣ ਦੇ ਲਈ ਵੀ ਵਰਤੇ ਜਾਂਦੇ ਹਨ ਠੀਕ ਹੈ ਛੋਟੇ 50 mm ਦੇ ਜਿਹੜੇ ਪੇਚਕਸ ਹੁੰਦੇ ਨੇ ਉਸ ਨੂੰ ਟਰਮੀਨਲ ਜਾਂ ਕਨੈਕਟਰ ਸਕਰੂ ਡਰਾਈਵਰ ਵੀ ਕਹਿੰਦੇ ਹਨ ਇਹ ਸੀਗੀ ਆਪਣੀ ਬਣਤਰ ਤੇ ਵਰਤੋਂ ਵੀ ਆਪਾਂ ਜਿਹੜਾ ਪੇਚਕਸ ਹੈ ਇਸ ਨੂੰ ਕਿਵੇਂ ਬਣਿਆ ਹੁੰਦਾ ਤੇ ਵਰਤਦੇ ਕਿਵੇਂ ਆ ਠੀਕ ਹੈ ਹੁਣ ਅਸੀਂ ਦੇਖਾਂਗੇ ਇਹਦੀ ਸਾਂਭ ਸੰਭਾਲ ਵੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਠੀਕ ਹੈ ਕੰਮ ਕਰਨ ਲਈ ਜੇ ਆਪਾਂ ਪੇਚਕਸ ਦੇ ਚੂਜ਼ ਕਿਵੇਂ ਕਰਨਾ ਉਹਨੂੰ ਚੁਣਨਾ ਕਿਵੇਂ ਆ ਠੀਕ ਹੈ ਜੀ ਉਸਦੇ ਸਾਈਜ਼ ਦੇ ਅਨੁਸਾਰ ਤੇ ਉਸਦੀ ਸ਼ੇਪ ਦੇ ਅਨੁਸਾਰ ਆਪਾਂ ਉਸਨੂੰ ਚੂਜ਼ ਕਰਨਾ ਵੀ ਆਪਾਂ ਕਿਹੜਾ ਪੇਚਕਸ ਕਿੱਥੇ ਵਰਤਾਂਗੇ ਠੀਕ ਹੈ ਪੇਚਕਸ ਦੇ ਹੈਂਡਲ ਉੱਪਰ ਜਿਹੜਾ ਹੈਗਾ ਆਪਾਂ ਬਿਲਕੁਲ ਵੀ ਹਥੌੜੇ ਦੇ ਨਾਲ ਸੱਟ ਨਹੀਂ ਮਾਰਨੀ ਹੈਗੀ ਇਸ ਨੂੰ ਕਦੇ ਵੀ ਆਪਾਂ ਚੌਰਸ ਦੀ ਥਾਂ ਨਹੀਂ ਵਰਤਣਾ ਹੈਗਾ ਠੀਕ ਹੈ ਇਸ ਨੂੰ ਜੰਗਾਲ ਤੋਂ ਬਚਾਉਣਾ ਜ਼ਰੂਰੀ ਹੈ ਇਸ ਦਾ ਜਿਹੜਾ ਮੰਨ ਲਓ ਕੋਈ ਢਿੱਲੇ ਹੈਂਡਲ ਵਾਲਾ ਪੇਚਕਸ ਹੈ ਉਹ ਵੀ ਆਪਾਂ ਨੂੰ ਵਰਤਣਾ ਨਹੀਂ ਚਾਹੀਦਾ ਜਿਹੜਾ ਪੇਚਕਸ ਦਾ ਬਲੇਡ ਹੈਗਾ ਉਸਦਾ ਵੀ ਸਲੀਵ ਜਿਹੜਾ ਹੈਗਾ ਇੰਸੂਲੇਟ ਕੀਤਾ ਹੋਣਾ ਚਾਹੀਦਾ ਇਹ ਵਾਲਾ ਜਿਹੜਾ ਇਸ ਨੂੰ ਸਲੀਵ ਕਹਿੰਦੇ ਜਿਹਦੇ ਉੱਪਰ ਕੋਟਿੰਗ ਕੀਤੀ ਜਾਂਦੀ ਹੈ